ਇਹ ਫਰੰਟ ਤੋਂ ਜੀ ਆ ਜਿਵੇਂ ਹੁਣ ਖੰਡੇ ਲੱਗੇ ਹੋਏ ਨੇ ਜੀ, ਹਾਂਜੀ, ਯਾਨੀ ਫਰੰਟ ਦੀ ਜਿਹੜੀ ਲੁੱਕ ਹੈ ਨਾ, ਹਾਂਜੀ, ਉਹ ਦੇਖਣ ਨੂੰ ਐਂ ਦਿਖਦੀ ਹੈ ਜਿਵੇਂ ਵੀ ਪਾਲਕੀ ਸਾਹਿਬ ਜਿਵੇਂ ਗੁਰਦੁਆਰੇ ਤੁਰਿਆ ਆਉਂਦਾ। ਹਾਂਜੀ, ਤੇ ਅੱਗੇ ਇੱਕ ਫੁਹਾਰਾ ਵੀ ਲੱਗਿਆ ਨਾ, ਆਪਾਂ ਦੇਖ ਰਹੇ ਹਾਂ ਫੁਹਾਰਾ ਲੱਗਿਆ ਹੋਇਆ ਜੀ ਮੂਰੇ ਪਾਣੀ ਦੇ ਛਿੜਕਾਅ ਵਾਸਤੇ, ਪਾਣੀ ਦਾ ਛਿੜਕਾਅ ਕਰਨ ਵਾਸਤੇ ਜਦੋਂ ਆਪਾਂ ਮਹਾਰਾਜ ਲੈ ਕੇ ਜਾਣਾ ਜੀ। ਹਾਂਜੀ, ਉਦੋਂ ਇਹਨੂੰ ਆਪਾਂ ਛੱਡ ਸਕਦੇ ਆ, ਵੱਧ ਘੱਟ ਵੀ ਹੋ ਜਾਂਦਾ ਹੈ। ਸਾਰਾ ਰੇਡੀਅਮ ਟੇਪ ਨਾਲ ਹੁੰਦਾ ਹੈਗਾ ਜੀ, ਰੇਡੀਅਮ ਟੇਪ ਰੇ। ਹਾਂਜੀ, ਜਿਹੜੀ ਰਾਤ ਨੂੰ ਗਲੋ ਕਰਦੀ ਹੈ, ਚਮਕਦੀ ਹੈ ਜੀ। ਹਾਂਜੀ, ਤੇ ਵੀਰੇ ਛੇਤੀ ਖਰਾਬ ਵੀ ਨਹੀਂ ਹੁੰਦੀ, ਛੇਤੀ ਖਰਾਬ ਨਹੀਂ ਹੁੰਦੀ ਜੀ। ਹਾਂਜੀ, ਘੱਟੋ ਘੱਟ 10-15 ਸਾਲ ਤਾਂ ਸਾਡੀ ਗਾਰੰਟੀ ਹੈਗੀ। ਅੱਛਾ, ਹਾਂਜੀ ਹਾਂ, ਬਾਕੀ ਇਹ ਉਤਰੇ ਜੀ, ਜੇ ਕੋਈ ਜਵਾਕ ਉਤਾਰੂਗਾ ਨਾ ਉਤਰੇ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ, ਖੜਿਆ ਆਪਾਂ ਧੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ, ਦਸ਼ਮੇਸ਼ ਬਾਡੀ ਬਿਲਡਰ ਸਾਰ ਵਾਲੇ ਬਾਈ ਹੋਣਾ ਲਵੇ। ਬਾਈ ਹੋਣਾ ਜੀ, ਬਹੁਤ ਸੋਹਣੀ ਇੱਕ ਪਾਲਕੀ ਸਾਹਿਬ ਤਿਆਰ ਕੀਤੀ ਆਪਣੀ ਉਮੜੀ ਬੈਂਡ ਦੇ ਉੱਪਰ। ਸਤਿ ਸ਼੍ਰੀ ਅਕਾਲ ਅੰਕਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੋ ਅੰਕਲ ਜੀ? ਹਾਂ ਜੀ ਹਾਂ, ਚੜ੍ਹਦੀ ਕਲਾ ਜੀ। ਲੋਕੇਸ਼ਨ ਕੀ ਹੈ ਸਭ ਤੋਂ ਪਹਿਲਾਂ ਜੀ? ਇਹ ਲੋਕੇਸ਼ਨ ਜੀ ਮਲੇਰਕੋਟਲਾ ਬਾਈਪਾਸ ਧੂਰੀ ਟਰੱਕ ਯੂਨੀਅਨ ਦੇ ਸਾਹਮਣੇ। ਹਾਂਜੀ, ਉੱਥੇ ਵਰਕਸ਼ਾਪ ਹੈ ਜੀ ਸਾਡੀ। ਇਹ ਅਸੀਂ ਓਮਨੀ ਗੱਡੀ 'ਤੇ ਤਿਆਰ ਕਰੀਏ ਜੀ ਪਾਲਕੀ ਸਾਹਿਬ। ਹਾਂਜੀ, ਬੇਨੜੇ ਪਿੰਡ ਜਾਣੀ ਹੈ ਜੀ ਇਹ। ਕਿੰਨਾ ਕੁ ਟਾਈਮ ਲੱਗ ਬਣਾਉਣ ਦੇ ਉੱਪਰ? ਇਹ ਬਣਾਉਣ ਨੂੰ 2 ਮਹੀਨੇ ਲੱਗ ਜਾਂਦੇ ਨੇ। ਇਹ ਫਰੰਟ ਤੋਂ ਜੀ ਆ ਜਿਵੇਂ ਹੁਣ ਖੰਡੇ ਲੱਗੇ ਹੋਏ ਨੇ ਜੀ। ਹਾਂਜੀ, ਯਾਨੀ ਫਰੰਟ ਦੀ ਜਿਹੜੀ ਲੁੱਕ ਹੈ ਨਾ, ਹਾਂਜੀ, ਉਹ ਦੇਖਣ ਨੂੰ ਐਂ ਦਿਖਦੀ ਹੈ ਜਿਵੇਂ ਵੀ ਪਾਲਕੀ ਸਾਹਿਬ ਜਿਵੇਂ ਗੁਰਦੁਆਰੇ ਤੁਰਿਆ ਆਉਂਦਾ। ਹਾਂਜੀ ਹਾਂਜੀ, ਬਹੁਤ ਸੋਹਣੀ ਚੀਜ਼ ਤਿਆਰ ਕੀਤੀ ਤੁਹਾਨੂੰ। ਹਾਂਜੀ, ਤੇ ਅੱਗੇ ਇੱਕ ਫੁਹਾਰਾ ਵੀ ਲੱਗਿਆ ਨਾ, ਆਪਾਂ ਦੇਖ ਰਹੇ ਹਾਂ ਫੁਹਾਰਾ ਲੱਗਿਆ ਹੋਇਆ ਜੀ ਮੂਰੇ ਪਾਣੀ ਦੇ ਛਿੜਕਾਅ ਵਾਸਤੇ, ਪਾਣੀ ਦਾ ਛਿੜਕਾਅ ਕਰਨ ਵਾਸਤੇ ਜਦੋਂ ਆਪਾਂ ਮਹਾਰਾਜ ਲੈ ਕੇ ਜਾਣਾ ਜੀ। ਹਾਂਜੀ, ਉਦੋਂ ਇਹਨੂੰ ਆਪਾਂ ਛੱਡ ਸਕਦੇ ਹਾਂ, ਵੱਧ ਘੱਟ ਵੀ ਹੋ ਜਾਂਦਾ ਇਹ। ਅੱਛਾ ਜੀ, ਠੀਕ ਹੈ, ਥੋੜਾ ਘੱਟ ਛੱਡਣਾ ਵੱਧ ਛੱਡਣਾ ਆਪਣੀ ਮਰਜ਼ੀ ਹੈ। ਹਾਂਜੀ, ਗੱਲਬਾਤ ਕਰੀਏ ਇਹਦਾ ਜੀ, ਇੰਜਨ ਕਿੰਨਾ ਗਈ? ਇਹਦਾ ਇੰਜਨ ਤਾਂ ਹੁੰਦਾ ਜੀ 800 ਸੀਸੀ। ਹਾਂਜੀ, ਲੇਕਿਨ ਇਹ 02 ਹੋਣ ਕਰਕੇ ਨਾ, ਇਹ ਗੱਡੀ ਤਾਂ ਦੂਜੀ 01 ਦੇ ਨਾਲੋਂ ਤਾਂ ਇਹਦੀ ਚਲਾਈ ਦਾ ਬਹੁਤ ਦੁੱਗਣਾ ਹੀ ਫਰਕ ਹੈ। ਕੁਛ ਫਰਕ ਤਾਂ ਨਹੀਂ ਪੈਂਦਾ ਵੀ ਕੁਛ ਖਾਸ ਵੀ ਜਿਵੇਂ ਆਪਾਂ ਨੇ ਉੱਪਰ ਵੀ ਕੁਛ ਬਣਾਇਆ ਇਹਦੇ? ਦੇਖੋ ਜਿਹੜਾ 02 ਇੰਜਣਾ ਨਾ ਜੀ, ਇਹਨੂੰ ਤਾਂ ਨਹੀਂ ਫਰਕ ਪੈਂਦਾ। ਹਾਂਜੀ, ਜਿਵੇਂ ਹੁਣ ਇਹ ਗੱਡੀ, ਇਹਦੀ ਗੱਡੀ ਦੀ ਚਲਾਈ ਇੰਨੀ ਸੁੱਧ ਹੈ। ਹਾਂਜੀ, ਬਹੁਤ ਜ਼ਿਆਦਾ ਇਹਦੇ ਇੰਜਣ ਨੂੰ ਪਤਾ ਵੀ ਨਹੀਂ ਲੱਗਦਾ। ਹਾਂਜੀ, ਕਿਉਂਕਿ ਇੰਜਣ ਸਹੀ ਹੈ, ਬਾਕੀ ਗੱਡੀ ਚੱਲੀ ਹੋਈ ਘੱਟ ਹੈ, ਨਵੀਂ ਕਾਰ ਹੈ ਇਹ। ਹਾਂਜੀ, ਜਿਹੜੀ ਤੇ ਬਣਵਾਈ ਹੈ ਇਹਨਾਂ ਨੇ, ਬੇਨੜੇ ਪਿੰਡ ਜਾਣੀ ਹੈ ਜੀ। ਠੀਕ ਹੈ, ਸਟੀਲ ਦੇ ਵਿੱਚ ਤਿਆਰ ਹੋਈ ਹੈ ਨਾ? ਹਾਂ, ਸਟੀਲ ਆ ਮੂਹਰੇ ਫਰੰਟ ਤੇ, ਜਿਹੜਾ ਉੱਥੇ ਜਿੱਥੇ ਵੀ ਸਟੀਲ ਲੱਗਣ ਵਾਲੀ ਲਾਈ ਹੈ ਜੀ ਆਪਾਂ ਨੇ। ਹਾਂਜੀ, ਆ ਦੇਖੋ ਜਿਵੇਂ ਹੁਣ ਇੱਥੋਂ ਤੁਸੀਂ ਆ ਤਾਕੀ ਖੋਲੋ ਜੀ। ਹਾਂਜੀ, ਇਹ ਖੋਲ ਕੇ ਆ ਜਿੰਨਾ ਵੀ ਸੁੱਚਾਂ ਦਾ ਕੰਮ ਹੈ ਜਾਂ ਬੈਲ ਸੁੱਚਾ, ਦੇਖੋ ਲੱਗੀ ਹੋਈ ਹੂਟਰ ਵਾਲੀ, ਤੁਹਾਨੂੰ ਮੈਂ ਚਲਾ ਕੇ ਦਿਖਾਉਣਾ। ਹਾਂਜੀ, ਤੇ ਆ ਦੇਖੋ ਆ ਜਿਹੜੀ ਸੁੱਚ ਲੱਗੀ ਹੋਈ ਹੈ ਨਾ ਇੱਥੇ, ਇਹ ਹੂਟਰ ਵਾਲੀ ਵੀ ਇਹਦੇ ਨਾਲ ਹੀ ਆਪਾਂ ਬਰਾਬਰ ਤੀ ਲਾਈ ਹੋਈ ਹੈ ਜੀ। ਹਾਂਜੀ, ਮੰਜੀ ਸਾਹਿਬ ਦੇ ਨਾਲ ਹੀ ਵੀ ਜਦ ਡਰਾਈਵਰ ਨੂੰ ਜ਼ਰੂਰਤ ਪਵੇ ਨਾ ਚਲਾਉਣ ਵਾਲੇ ਨੂੰ, ਠੀਕ ਹੈ ਜੀ, ਤਾਂ ਉਹ ਇਹਨੂੰ ਚਲਾ ਸਕੇ। ਇਹ ਗੁਰਦੁਆਰਾ ਰਵਿਦਾਸ ਭਗਤ ਦਾ ਜੀ, ਹਾਂ, ਬੇਗਮਪੁਰਾ, ਹਾਂਜੀ, ਬੇਨੜੇ ਪਿੰਡ ਦੇ ਵਿੱਚ। ਹਾਂਜੀ, ਤੇ ਉਹਨਾਂ ਨੇ ਤੇ ਬਾਬਾ ਛੱਪੜਦਾਸ ਜੀ, ਇੱਧਰ ਗੁਰਦੁਆਰਾ ਜਿਹੜਾ ਕਚਹਿਰੀਆਂ ਕਨੀ, ਹਾਂਜੀ, ਇਹਨਾਂ ਨੇ ਸੰਗਤ ਨੇ ਮਿਲ ਕੇ ਬਣਵਾਈ ਆ। ਗੋਲਕ ਆ ਗਿਆ ਨਾ ਜੀ? ਹਾਂ ਜੀ, ਇੱਥੇ ਗੋਲਕ ਬਣੀ ਹੋਈ ਆ। ਠੀਕ ਹੈ, ਆਪਾਂ ਨੇ ਮੰਨ ਕੇ ਇਹ ਵੀ ਲਾਇਆ ਨੇ, ਮੰਨ ਕੇ ਆਪਾਂ ਨੂੰ ਬਾਹਰੋਂ ਬੰਦ ਵੀ ਕਰ ਸਕਦੇ ਲੋਕ? ਹਾਂਜੀ, ਬਾਹਰੋਂ ਬੰਦ, ਫਿਰ ਕਈ ਵਾਰ ਆਏ ਆ ਮੀਂਹ ਕਣੀ ਦੇ ਵਿੱਚ, ਹਾਂਜੀ, ਇਹ ਖੁੱਲ੍ਹਾ ਰਹੇ ਜੇ ਫਿਰ ਇਹ 'ਚ ਪਾਣੀ ਵੀ ਜਾ ਸਕਦਾ। ਬਾਕੀ ਇੱਧਰ ਆਪਣਾ ਲਾਈਟਿੰਗ ਦਾ ਕੰਮ ਹੈ, ਰਾਤ ਨੂੰ ਬਹੁਤ ਸੋਹਣਾ ਲੱਗਦਾ ਜੀ ਬਣਿਆ ਹੋਇਆ। ਇੱਧਰ ਇੱਧਰ ਵੀ ਲਾਈਟ ਲੱਗੀ ਹੋਈ, ਇਹਦੇ ਅੰਦਰ ਵੀ ਲੱਗੀ ਹੋਈ ਹੈ। ਅੱਛਾ, ਅੰਦਰ ਵੀ? ਆਹ ਦੇਖੋ, ਆ ਵਿੱਚ ਵੀ ਲੱਗੀ ਹੋਈ ਅੰਦਰਲੇ ਪਾਸੇ। ਠੀਕ ਹੈ ਜੀ, ਬਾਕੀ ਇੱਧਰ ਮਤਲਬ ਕਿ ਖੰਡੇ ਲੱਗੇ ਨੇ ਸਾਰੇ, ਆਪਣਾ ਇੱਕ ਓਂਕਾਰ ਲੱਗਿਆ, ਬਹੁਤ ਸੋਹਣਾ ਲੱਗਦਾ ਨਾ ਜੀ। ਹਾਂਜੀ ਹਾਂ, ਆਹ ਜਿਹੜੇ ਆਹ ਸ਼ੀਸ਼ੇ ਵੀ ਖੁੱਲਦੇ ਨੇ ਜੀ ਇਹਦੇ ਆਹ। ਅੱਛਾ, ਜਦੋਂ ਆਪਾਂ ਪ੍ਰਸ਼ਾਦ ਦੇਣਾ ਨਾ, ਹਾਂਜੀ, ਤਾਂ ਇੱਥੋਂ ਦੀ ਆਪਾਂ ਪ੍ਰਸ਼ਾਦ ਦੀ ਸੁਵਿਧਾ ਵੀ ਹੈਗੀ ਆ। ਠੀਕ ਹੈ, ਆਹ ਦੇਖੋ ਆਹ ਸ਼ੀਸ਼ਾ ਇੱਧਰੋਂ ਵੀ ਖੁੱਲਦਾ, ਇਹ ਉੱਧਰੋਂ ਵੀ ਖੁੱਲਦਾ ਜੀ। ਬਾਕੀ ਜਿਹੜੀਆਂ ਗੋਲਕਾਂ ਨੇ ਉਹ ਇਹਦੇ ਅੰਦਰਲੇ ਪਾਸੇ ਬਣੀਆਂ ਹੋਈਆਂ ਨੇ। ਹਾਂਜੀ, ਇੱਧਰ ਤਾਂ ਸਿਰਫ ਇਹਦਾ ਮੂੰਹ ਹੀ ਰੱਖਿਆ ਹੋਇਆ ਗੋਲਕ ਦਾ। ਵੱਡੀ ਆਪਣੇ ਕੱਲੀ ਪਿੱਛੇ ਪਿੱਛੋਂ ਅੰਕਲ, ਇੱਕ ਉੱਪਰੋਂ ਵੱਡੀ ਆਪਣੀ ਛੱਤ ਦੀ? ਛੱਤ ਤਾਂ ਨਹੀਂ ਜੀ ਇਹਦੀ ਵੱਡੀ, ਮੂੰਹ ਛੱਤ ਇਹਦੀ ਇੱਥੋਂ ਉੱਚੀ ਚੱਕਦੀ ਆਪਾਂ ਨੇ। ਠੀਕ ਹੈ, ਇੱਕ ਗਿੱਠ ਵਾਂਗੂ ਇਹ ਉੱਚੀ ਚੱਕੀ ਹੋਈ ਹੈ। ਹਾਂਜੀ, ਮਤਲਬ ਕਿ ਡਬਲ ਛੱਤ ਬਣ ਗਈ ਜੀ, ਆਪਾਂ ਇਹਨੂੰ ਡਬਲ ਛੱਤ ਕਹਿ ਸਕਦੇ ਹਾਂ, ਅਤੇ ਹੇਠਾਂ ਵਾਲੀ ਛੱਤ ਵੀ ਉਸੇ ਤਰ੍ਹਾਂ ਰਹੇਗੀ। ਠੀਕ ਹੈ, ਅਤੇ ਆਹ ਪਿੱਛੇ ਆਪਾਂ ਸਟੀਲ ਦਾ ਗੇਟ ਲਾਇਆ ਜੀ, ਰੇਲਿੰਗ ਲਾਈ ਹੈ। ਹਾਂਜੀ, ਆਹ ਵਿੱਚੋਂ ਦੇਖੋ ਲਾਈਟਾਂ ਦਾ ਕੰਮ ਕਰਕੇ, ਅੰਦਰ ਵੀ ਤੁਸੀਂ ਦੇਖ ਸਕਦੇ ਹੋ, ਅੰਦਰ ਵੀ ਬਹੁਤ ਸੋਹਣੇ ਬਣੇ। ਹਾਂਜੀ ਹਾਂਜੀ, ਬਾਕੀ ਸਟੀਲ ਦਾ ਗੇਟ ਲੱਗਿਆ ਹੈ, ਅੰਮ੍ਰਿਤ ਛਕੋ ਅਤੇ ਸਿੰਘ ਸਜੋ ਲਿਖਿਆ ਜੀ।
ਬਾਕੀ ਆ ਵੀ ਆਪਣੇ ਸਟੀਲ ਦੇ ਨੇ, ਸਟੀਲ ਦੇ ਹਾਂਜੀ ਹਾਂ, ਸਟੀਲਿੰਗ ਦੀ ਰੇਲਿੰਗ ਲਾਈ ਹੋਈ ਹੈ। ਆਹ ਪਿੱਛੇ ਆਪਾਂ ਟੂਟੀ ਲਾਈ ਹੋਈ ਹੈ ਜੀ, ਹਾਂਜੀ, ਹੱਥ ਸੁੱਚੇ ਕਰਨ ਵਾਸਤੇ। ਠੀਕ, ਜੋੜਾ ਕਰਦਾ ਨਹੀਂ ਲਾਇਆ ਤੁਹਾਨੂੰ? ਨਹੀਂ, ਇੱਥੇ ਜਦੋਂ ਇਹ ਪਾਲਕੀ ਸਾਹਿਬ ਵਾਲੇ ਨਾ ਜਿਹੜੇ ਗੁਰੂ ਘਰ ਵਾਲੇ ਹੁੰਦੇ ਨੇ ਕਮੇਟੀ ਵਾਲੇ, ਹਾਂਜੀ, ਇਹ ਕਹਿ ਦਿੰਦੇ ਨੇ ਵੀ ਇਹਦੇ ਵਿੱਚ ਬਣਨਾ ਨਹੀਂ ਚਾਹੀਦਾ, ਜਦੋਂ ਪਾਲਕੀ ਸਾਹਿਬ ਹੈ ਫਿਰ ਉੱਥੇ ਚੱਪਲਾਂ ਦਾ ਉਹ ਨਹੀਂ ਹੋਣਾ ਚਾਹੀਦਾ, ਗੁਰਦੁਆਰਾ ਸਾਹਿਬ ਵਾਸਤੇ ਨਾ। ਹਾਂਜੀ ਹਾਂ, ਆਹ ਦੇਖੋ ਇੱਧਰਲੇ ਪਾਸੇ ਵੀ ਇਹਦੇ ਰੱਖਿਆ ਹੋਇਆ ਜੀ ਗੋਲਕ ਵਾਸਤੇ। ਹਾਂਜੀ ਅੰਕਲ, ਇੱਧਰ ਦੋਨੇ ਸਾਈਡਾਂ 'ਤੇ ਹੀ ਹੈ ਵੀ ਸੰਗਤ ਨੂੰ ਪ੍ਰੋਬਲਮ ਨਾ ਆਵੇ ਮੱਥਾ ਟੇਕਣ ਵੇਲੇ। ਹਾਂਜੀ, ਇਹ ਦੋਨੇ ਸਾਈਡਾਂ 'ਤੇ ਇਹ ਬਣਿਆ ਹੋਇਆ। ਕੰਬੀਨੇਸ਼ਨ ਵੀ ਪੂਰਾ, ਮਤਲਬ ਕਿ ਪੂਰਾ ਮੈਚ ਹੋ ਰਿਹਾ ਨਾ ਵਾਈਟ ਦਾ ਆਪਣੇ ਗੋਲਡਨ ਦਾ। ਮੈਚ ਕਰਨਾ ਪੈਂਦਾ ਜੀ ਮੈਚ 'ਤੇ, ਇਹਦਾ ਗੋਲਡਨ ਦੇਖੋ ਉੱਪਰ ਵੀ ਗੋਲਡਨ ਹੈ, ਹਾਂਜੀ, ਨੀਚੇ ਵੀ ਗੋਲਡਨ ਹੈ, ਵਿਚਾਲੇ ਵਾਈਟ ਹੋ ਗਿਆ ਤਾਂ ਸੋਹਣਾ ਲੱਗਦਾ ਹੈ। ਹਾਂਜੀ, ਵਿੱਚ ਜਿਹੜੀਆਂ ਗੋਲਕਾਂ ਬਣੀਆਂ ਹੋਈਆਂ ਨੇ ਜੀ, ਹਾਂਜੀ, ਇਹ ਗੋਲਕ ਵਿਹਲੀ ਕਰਨ ਵਾਸਤੇ ਇੱਧਰ ਆਪਾਂ ਨੇ ਗੇਟ ਅੰਦਰ ਰੱਖੇ ਹੋਏ ਨੇ ਦੋਨੇ। ਹਾਂਜੀ, ਅਤੇ ਬਾਕੀ ਆ ਸਾਊਂਡ ਦਾ ਸਪੀਕਰ ਵਗੈਰਾ ਇਹ ਸਾਰਾ ਬਹੁਤ ਸੋਹਣਾ ਲੱਗਦਾ ਹੈ। ਹਾਂ, ਇਹਦੀ ਵੀ ਸੁਵਿਧਾ, ਇੱਕ ਉੱਤੇ ਜੁੰਟ ਲਾਈ ਹੋਈ ਹੈ ਜੀ, ਆ ਵਿੱਚ ਦੋ ਸਪੀਕਰ ਲਾਏ ਹੋਏ। ਇਹ ਆ ਛੱਤ ਦੁਬਾਰਾ ਇਹਦੀ ਲਾ ਗਈ ਜੀ, ਆ ਆਪਾਂ ਦੁਬਾਰਾ ਲਾਈ ਹੈ ਸਾਰੀ ਨਵੀਂ। ਠੀਕ ਹੈ ਜੀ, ਇਹ ਉਹ ਕੱਪੜਾ ਲੱਗਿਆ ਜਿਹੜਾ ਸੋਫੇ ਦੇ ਕੱਪੜਾ ਲੱਗਦਾ ਨਾ ਮਹਿੰਗਾ। ਅੱਛਾ ਜੀ, ਉਹ ਲਾਇਆ ਹੋਇਆ। ਇਹਦੇ ਨਾਲ ਦੀ ਛੱਤ ਤਾਂ ਸਰਾਖਾਂ ਜਿਹੀ ਵਾਲੀ ਆਉਂਦੀ ਹੈ, ਘੱਟ ਸੋਹਣੀ ਲੱਗਦੀ ਤੇ ਉਹ ਤਾਰ ਦੀ ਸੀ, ਜ਼ਿਆਦਾ ਵਧੀਆ ਲੱਗਦੀ ਹੈ ਦੇਖ ਕੇ, ਜ਼ਿਆਦਾ ਸੋਹਣੀ ਲੱਗਦੀ ਹੈ। ਹਾਂਜੀ, ਆ ਇਹਦੀ ਗੋਲਕ ਦੇ ਦੋਨੇ ਸਾਈਡਾਂ ਤੇ ਬਣੀ ਹੋਈ ਹੈ। ਹਾਂਜੀ, ਤੇ ਉਸੇ ਤਰ੍ਹਾਂ ਹੀ ਇੱਧਰਲੇ ਪਾਸੇ ਵੀ ਪ੍ਰਸ਼ਾਦ ਦੇਣ ਵਾਸਤੇ ਆ ਵੀ ਸ਼ੀਸ਼ਾ ਖੁੱਲਦਾ ਇਹਦਾ ਨਾਲ ਦਾ। ਗੇਟ ਵੀ ਖੁੱਲਦਾ ਹੀ ਆ ਵਾਲਾ? ਨਹੀਂ, ਗੇਟ ਇਹ ਫਿਕਸ ਕੀਤਾ ਹੋਇਆ ਜੀ। ਠੀਕ ਹੈ ਜੀ, ਇਹ ਗੇਟ ਖੋਲਣ ਦੀ ਜ਼ਰੂਰਤ ਨਹੀਂ ਹੈ। ਹਾਂਜੀ, ਕਿਉਂਕਿ ਜੇ ਇਹ ਜਿਹੜੇ ਗੇਟ ਹੁੰਦੇ ਨੇ ਨਾ ਇਹਨਾਂ ਗੱਡੀਆਂ ਦੇ, ਹਾਂਜੀ, ਇਹ ਸਲਾਈਡਿੰਗ ਗੇਟ ਹੁੰਦੇ ਨੇ, ਇਹਨਾਂ ਦੀ ਜ਼ਿਆਦਾ ਲੰਮੀ ਉਮਰ ਨਹੀਂ ਹੁੰਦੀ। ਠੀਕ ਹੈ, ਜਲਦੀ ਲਮਕ ਜੇ ਜਾਂਦੇ ਨੇ, ਇਸ ਕਰਕੇ ਆਪਾਂ ਫਿਕਸ ਹੀ ਕਰਤੀ ਇਹ। ਹਾਂ, ਇਹ ਫਿਕਸ ਹੀ ਨੇ, ਖੁੱਲਦੇ ਨਹੀਂ ਇਹ। ਹਾਂ, ਨਹੀਂ ਖੋਲਣੇ, ਖੋਲ ਵੀ ਸਕਦੇ ਹੋ, ਖੁੱਲਦੇ ਨੇ। ਅੱਛਾ ਜੀ, ਲੇਕਿਨ ਉਹ ਵੀ ਇਹਨਾਂ ਨੂੰ ਨਾ ਯੂਜ ਕਰੋ ਤਾਂ ਜ਼ਿਆਦਾ ਵਧੀਆ। ਚਾਈਲਡ ਲੌਕ ਲੱਗਿਆ ਮਤਲਬ? ਹਾਂ, ਚਾਈਲਡ ਲੌਕ ਲੱਗੇ ਹੋਏ ਨੇ। ਹਾਂਜੀ, ਆਪਾਂ ਖੋਲ ਨਹੀਂ ਸਕਦੇ ਛੇਤੀ। ਹਾਂਜੀ ਹਾਂ, ਹਾਂਜੀ, ਤੇ ਬਾਕੀ ਆ ਇੱਧਰਲੇ ਪਾਸੇ ਮਹਾਰਾਜ ਦੀ ਸਵਾਰੀ ਰੱਖਣ ਵਾਸਤੇ, ਆ ਮਹਾਰਾਜ ਦਾ ਸਰੂਪ ਐਂਟਰ ਹੋਣ ਵਾਸਤੇ ਇੱਥੇ ਮੰਜੀ ਸਾਹਿਬ। ਹਾਂਜੀ, ਆ ਬਣੇ ਹੋਏ ਆ ਜਿੱਥੇ ਆਪਾਂ ਨੇ ਪਾਣੀ ਇਹਦੇ ਵਿੱਚ ਦੀ ਪੈਂਦਾ ਜੀ। ਅੱਛਾ, ਪਾਣੀ ਟੈਂਕ ਲਾਇਆ ਹੋਇਆ ਨਾ? ਅੱਛਾ, ਜਿਹੜਾ ਮਤਲਬ ਕਿ ਅੱਗੇ ਲੱਗਿਆ ਹੋਈ, ਆ ਇੱਥੇ ਇਹਦਾ ਮੂੰਹ ਰੱਖਿਆ ਜੀ ਇਹਦੇ ਵਿੱਚ ਦੀ ਪਾਣੀ ਪੈਣ ਵਾਸਤੇ। ਹਾਂਜੀ, ਆਪਾਂ ਰੱਖਿਆ। ਬਾਕੀ ਵੱਡੀ ਗੱਲ ਇਹ ਆ ਜੀ, ਇਹ ਆਪਾਂ ਚੱਕਦਾ ਰੱਖਿਆ ਹੋਇਆ ਸਾਰਾ। ਠੀਕ ਹੈ, ਵੀ ਜਿਵੇਂ ਹੁਣ ਕੱਲ ਨੂੰ ਮਕੈਨੀਕਲ ਦਾ ਕੰਮ ਕਰਾਉਣਾ ਹੈ, ਕੁਝ ਕਰਾਉਣਾ ਹੈ, ਤਾਂ ਇਹਨੂੰ ਚੱਕ ਕੇ ਪਰੇ ਧਰ ਦਿਓ। ਅੱਛਾ, ਤੇ ਇਹ ਵੀ ਆਪਣੇ ਕੋਲ ਸੁਵਿਧਾ ਹੈਗੀ ਹੈ ਆਪਣੇ ਵੀ ਚੱਕਣ ਦੀ, ਵੀ ਮਤਲਬ ਮਿਸਤਰੀ ਨੂੰ ਕੋਈ ਪ੍ਰੋਬਲਮ ਨਾ ਆਵੇ। ਹਾਂਜੀ, ਤੇ ਬਾਕੀ ਆਹ ਦੇਖੋ ਜੀ ਚੰਦੋਆ ਸਾਹਿਬ ਲਾਇਆ ਹੋਇਆ ਉੱਤੇ। ਹਾਂਜੀ, ਆਹ ਵਿਚਲੇ ਪਾਸੇ ਦਿਖਾਓ ਕਿ ਬਾਈ ਦਿਖਾ ਦੂਗਾ। ਹਾਂਜੀ ਹਾਂ, ਚੰਦੋਆ ਸਾਹਿਬ, ਇਹ ਚਾਨਣੀ ਸਾਹਿਬ ਲੱਗੀ ਹੋਈ ਹੈ ਇਹਦੇ। ਹਾਂਜੀ, ਜਿਵੇਂ 5-6-7 ਸਿੰਘਾਂ ਨੇ ਬਹਿਣਾ ਹੈ ਵਿੱਚ, 5 ਸਿੰਘਾਂ ਨੇ, ਵੀ ਕੋਈ ਔਖੀ ਨਹੀਂ ਹੋਗੀ। ਨਾ ਨਾ, ਜਿਵੇਂ ਇਹਨੂੰ ਪਤਾ ਵੀ ਨਹੀਂ ਲੱਗਦਾ। ਹਾਂ ਨਾ, ਇਹਨੂੰ ਪਤਾ ਵੀ ਨਹੀਂ ਲੱਗਦਾ। ਹਾਂਜੀ, ਇਹ ਬੰਦ ਰੇਸ ਤੇ ਐਂ ਤੁਰ ਪੈਂਦਾ, ਇੰਜਣ ਇਹ ਬਹੁਤ ਸੈੱਟ ਹੈ ਇਹਦਾ। ਹਾਂਜੀ ਹਾਂਜੀ, ਲੋ ਜੀ ਮਿੱਤਰੋ, ਕਰੋ ਚੈੱਕ, ਤੇ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗੇ ਨੇ ਅਗਰ। ਅੱਛਾ, ਬਾਕੀ ਇੱਕ ਚੀਜ਼ ਹੋਰ ਹੈ ਜੀ, ਜਿਵੇਂ ਛੋਟੇ ਬਜਟ ਦੇ ਵਿੱਚ ਪਾਲਕੀ ਸਾਹਿਬ ਤਿਆਰ ਕਰਾਉਣੀ, ਘੱਟ ਬਜਟ ਦੇ ਵਿੱਚ ਇਹਦੇ ਵਿੱਚ ਸੁਵਿਧਾ ਜ਼ਿਆਦਾ ਹੈ। ਹਾਂਜੀ, ਵੀ ਜਾਣੀ ਲੈ ਕੇ ਆਓ 02 02 ਘੱਟ ਚੱਲੀ ਹੋਈ ਹੋਵੇ, ਸੋਹਣੇ ਇੰਜਨ ਵਾਲੀ ਹੋਵੇ ਜਿਵੇਂ ਇਹ ਹੈ। ਹਾਂਜੀ, ਵੀ ਉਹਦੇ ਤੇ ਦੇਖੋ ਹੁਣ ਇਹ ਬਣੀ ਹੋਈ ਵੀ ਬਹੁਤ ਸੋਹਣੀ ਲੱਗਦੀ ਹੈ। ਹਾਂ, ਇਹ ਵੱਡਿਆਂ ਦੇ ਵਿੱਚ ਵੀ ਹੈ। ਹਾਂਜੀ, ਪਾਲਕੀ ਸਾਹਿਬ ਜਿਵੇਂ ਨਗਰ ਕੀਰਤਨ ਲਾਉਣਾ ਤਾਂ ਵੀ ਕੰਮ ਦੇਊ। ਹਾਂਜੀ, ਤੇ ਜਦੋਂ ਮਹਾਰਾਜ ਸਰੂਪ ਆਪਾਂ ਰੋਜ਼ ਘਰਾਂ ਦੇ ਵਿੱਚ, ਹਾਂਜੀ, ਆਪਣੇ ਦੁੱਖ ਦੇ ਸੁੱਖ ਦੇ, ਹਾਂਜੀ, ਮਹਾਰਾਜ ਆਉਂਦੇ ਨੇ ਆਪਣੇ, ਬਹੁਤ ਚੰਗੀ ਚੀਜ਼ ਹੈ, ਚਰਨ ਪਾਉਂਦੇ ਨੇ, ਉਹਦੇ ਕਰਕੇ ਵੀ ਇਹ ਰੋਜ਼ ਆਪਾਂ ਨੂੰ, ਹਾਂਜੀ, ਇਹਦੀ ਲੋੜ ਹੈ, ਜ਼ਰੂਰਤ ਹੈ। ਠੀਕ ਹੈ ਜੀ, ਤੇ ਆਪਾਂ ਤਾਂ ਇਹੀ ਬੇਨਤੀ ਕਰਾਂਗੇ ਸੰਗਤ ਨੂੰ, ਹਾਂਜੀ, ਵੀ ਇਹ ਪਰਾਲਾ ਜ਼ਰੂਰੀ ਹੋਣਾ ਹੈ। ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੋਈ ਹੋਰ ਵੀ ਆਪਣਾ ਮਤਲਬ ਕਿ ਇੰਨੀ ਵਧੀਆ ਚੀਜ਼ ਕੋਈ ਦੇਖ ਸਕੇ। ਹਾਂਜੀ ਹਾਂ, ਦੇਖੋ ਗੁਰੂ ਮਹਾਰਾਜ ਦੀਆਂ ਚੀਜ਼ਾਂ ਨੇ, ਇਹ ਤਾਂ ਰੱਬ ਦੀਆਂ ਗੱਲਾਂ ਨੇ ਜੀ। ਹਾਂਜੀ ਹਾਂਜੀ, ਬਈ ਇਹ ਜਿੰਨਾ ਵੀ ਆਪਾਂ ਇਹਦੇ 'ਚ ਵੱਧ ਤੋਂ ਵੱਧ ਸਹਿਯੋਗ, ਹਾਂਜੀ, ਦੇ ਸਕਦੇ ਹਾਂ। ਹਾਂਜੀ, ਹੋਰ ਕਿਸੇ ਵੀਡੀਓ ਨੂੰ ਸ਼ੇਅਰ ਕਰੋ ਨਾ ਕਰੋ, ਇਹਨੂੰ ਜ਼ਰੂਰ ਪੱਕਾ ਸ਼ੇਅਰ ਕਰ ਦਿਓ, ਇਹਨੂੰ ਪੱਕਾ ਕਰੋ ਜੀ। ਲਓ ਜੀ ਮਿੱਤਰੋ, ਕਰੋ ਚੈੱਕ, ਤੇ ਬਾਕੀ ਲਾਈਕ, ਸ਼ੇਅਰ ਐਂਡ ਫੋਲੋ ਕਰ ਲਓ, ਤੇ ਵੱਧ ਤੋਂ ਵੱਧ ਕਰੋ ਜੀ ਕਮੈਂਟ, ਵੀਡੀਓ ਨੂੰ ਕਰੋ ਜੀ ਸ਼ੇਅਰ, ਤੇ ਤੁਸੀਂ ਪਹੁੰਚੋ ਤੂਰੀ ਸ਼ਹਿਰ ਦਸ਼ਮੇਸ਼ ਬਾਡੀ ਬਿਲਡਰ ਸਾਰ ਵਾਲੇ ਬਾਈ ਹੋਣ ਲਵੇ। ਪਹੁੰਚ ਗਏ ਬਾਈ ਸ਼ਿੰਦੇ ਲਵੇ, ਬਾਈ ਨੇ ਕੀਤਾ ਜੀ ਸਾਰਾ ਸਟਿਕਰਾਂ ਦਾ ਕੰਮ। ਸਤਿ ਸ਼੍ਰੀ ਅਕਾਲ ਵੀਰੇ, ਠੀਕ ਹੋ? ਵੀਰੇ ਕੀ ਹਾਲ ਨਾ ਜੀ? ਹਾਂਜੀ, ਠੀਕ ਠਾਕ ਜੀ। ਠੀਕ ਹੋ ਵੀਰੇ? ਹਾਂਜੀ, ਬਹੁਤ ਵਧੀਆ ਜੀ। ਆਪਣੇ ਵੀਰੇ ਇਹ ਪਾਲਕੀ ਸਾਹਿਬ ਬਣਾਈ ਹੈ, ਸੋਹਣੀ ਬਣਾਈ ਹੈ ਨਾ ਵੀਰੇ? ਹਾਂਜੀ ਹਾਂਜੀ। ਇਹਦੇ ਵਿੱਚ ਵੀਰੇ ਆਪਣੇ ਕੀ ਕੀ ਚੀਜ਼ ਲਗਾਈ ਹੈ, ਤੇ ਵੀਰੇ ਕਿਵੇਂ ਲਗਾਈ ਹੈ?
ਦੇਖੋ ਜੀ ਇਹ ਜਿਹੜਾ ਕੰਮ ਹੋਇਆ ਹੋਇਆ ਸਾਰਾ ਰੇਡੀਅਮ ਟੇਪ ਨਾਲ ਹੁੰਦਾ ਹੈ ਜੀ। ਰੇਡੀਅਮ ਟੇਪ ਰੇ, ਹਾਂਜੀ, ਜਿਹੜੀ ਰਾਤ ਨੂੰ ਗਲੋ ਕਰਦੀ ਹੈ, ਚਮਕਦੀ ਹੈ ਜੀ। ਹਾਂਜੀ, ਤੇਬਰੇ ਛੇਤੀ ਖਰਾਬ ਵੀ ਨਹੀਂ ਹੁੰਦੀ ਨਾ? ਛੇਤੀ ਖਰਾਬ ਨਹੀਂ ਹੁੰਦੀ ਜੀ। ਹਾਂਜੀ, ਘੱਟੋ ਘੱਟ 10-15 ਸਾਲ ਤਾਂ ਸਾਡੀ ਗਰੰਟੀ ਹੈ ਜੀ। ਅੱਛਾ, ਹਾਂਜੀ ਹਾਂ, ਨਾ ਇਹ ਉਤਰੇ ਜੀ, ਜੇ ਕੋਈ ਜਵਾਕ ਉਤਾਰੂਗਾ ਨਾ ਉਤਰੇ ਜੀ। ਕੰਬੀਨੇਸ਼ਨ ਵੀ ਮਤਲਬ ਕਿ ਵੀਰੇ ਆਪਣਾ ਪੂਰਾ ਵਧੀਆ ਕੀਤਾ ਐਂ ਨੇ ਵੀ ਨਾ, ਮਤਲਬ ਕਿ ਇਹ ਸਾਰੀ ਜੀ ਮਿਸਤਰੀ ਸਾਹਿਬ ਦੀ ਰਾਏ ਨਾਲ ਚੱਲਦਾ ਜੀ ਕੰਮ ਇਹ। ਹਾਂਜੀ, ਜਿਵੇਂ ਉਹਨਾਂ ਨੂੰ ਕਿਹੜਾ ਡਿਜ਼ਾਈਨ ਬਣਾ ਕੇ ਦਿਖਾਉਣਾ ਮਾਈਂਡ ਦੇ ਵਿੱਚ ਆਪਣੇ ਮਾਈਂਡ ਦੇ ਵਿੱਚ ਬਣਾ ਕੇ ਜੀ ਸਾਰਾ ਕੁਝ ਦਿਖਾਉਣਾ ਪੈਂਦਾ ਜੀ ਪਹਿਲਾਂ, ਫਿਰ ਜਿਵੇਂ ਉਹ ਓਕੇ ਕਰਦੇ ਨੇ ਜੀ ਉਵੇਂ ਸਾਨੂੰ ਕਰਨਾ ਪੈਂਦਾ। ਇੱਧਰ ਵੀ ਆਪਾਂ ਕੁਝ ਨਾ ਕੁਝ ਨਵਾਂ ਦਿਖਾਉਣਾ ਪੈਂਦਾ ਜੀ, ਜਿਵੇਂ ਪਹਿਲਾਂ ਅਸੀਂ ਇੱਥੇ ਆ ਖੰਡਾ ਲਾਉਂਦੇ ਸੀ ਖੰਡਾ ਸਾਹਿਬ ਜੀ, ਹੁਣ ਇੱਥੇ ਇੱਕ ਓਮਕਾਰ ਲਿਖਤਾ ਜੀ, ਆਹ ਖੰਡਾ ਸਾਹਿਬ ਬਣਾਤੇ ਇੱਥੇ, ਇਹਨਾਂ ਨਾਲ ਬਹੁਤ ਭਰਮਾ ਭਰਮਾ ਜਿਹਾ ਕੰਮ ਹੋ ਜਾਂਦਾ। ਹਾਂਜੀ ਹਾਂਜੀ, ਬਾਕੀ ਜਿਵੇਂ ਵੀਰੇ ਆਪਾਂ ਮਤਲਬ ਕਿ ਦੇਖ ਰਹੇ ਨਾ, ਜਿਵੇਂ ਆਪਣਾ ਇਹਦੇ ਉੱਪਰ ਮਤਲਬ ਕਿ ਬਹੁਤ ਵਧੀਆ ਇੱਕ ਬੇਲ ਵੀ ਲਗਾਈ ਹੋਈ ਆ ਤੇ ਬਾਕੀ ਥੱਲੇ ਲਗਾਈ ਹੋਈ ਆ। ਕੋਈ ਕਾਰਨ ਇਹ ਕੁਛ ਐਵੇਂ ਹੀ ਹੁੰਦਾ ਜੀ, ਜੇ ਆਪਾਂ ਸਟੀਲ ਦੇ ਉੱਤੇ ਇਹ ਨਹੀਂ ਲਾਉਂਦੇ ਨਾ ਥੋੜਾ ਜਿਹਾ ਖਾਲੀ ਜਿਹਾ ਲੱਗਦਾ, ਖਾਲੀ ਜਿਹਾ ਵੀ ਲੱਗਦਾ ਜੀ, ਜ਼ਿਆਦਾ ਚਮਕਦਮਕ ਵੀ ਥੋੜੀ ਜਿਹੀ ਔਟ ਲੱਗਦੀ ਹੈਗੀ ਲੱਗੀ ਹੋਈ। ਹਾਂਜੀ ਹਾਂਜੀ ਹਾਂਜੀ, ਇਹ ਵੀਰੇ ਮਤਲਬ ਕਿ ਸਿੰਪਲ ਲੱਗਦਾ ਤੇ ਨਾਲੇ ਵਧੀਆ ਲੱਗਦਾ, ਬਹੁਤ ਵਧੀਆ ਲੱਗਦਾ ਜੀ। ਹਾਂਜੀ, ਤੇ ਬਾਕੀ ਵੀਰੇ ਆਪਣੇ ਇੱਧਰ ਲਗਾਇਆ ਨਾ, ਹਾਂਜੀ ਆ ਹੇਮਕੁੰਡ ਸਾਹਿਬ ਵਾਲਾ ਲੋਗੋ ਲੱਗ ਜਾਂਦਾ ਜੀ, ਇਹ ਤਾਂ ਸਾਡਾ ਪੱਕਾ ਹੀ ਹੈ ਜੀ ਪਰਮਾਨੈਂਟ, ਇਹ ਅਸੀਂ ਲਗਾਉਣੀ, ਇਹ ਸਾਰਿਆਂ ਦੇ ਵਿੱਚ ਹੀ ਲੱਗਦਾ। ਹਾਂਜੀ ਹਾਂ, ਇਹ ਲੱਗਦਾ ਹੀ ਲੱਗਦਾ ਹੈਗਾ ਜੀ। ਬਾਕੀ ਜੇ ਇੱਧਰ ਬਾਈ ਦਾ ਨੰਬਰ ਹੈਗਾ, ਕੋਈ ਵੀ ਕੰਮ ਹੋਵੇ ਤੇ ਤੁਸੀਂ ਬਾਈ ਨੂੰ ਫੋਨ ਕਰ ਸਕਦੇ ਹੋ। ਤੋਂ ਬਿਨਾਂ ਜੀ ਸਾਡੇ ਕੋਲ ਜਿਵੇਂ ਕੋਈ ਵੀ ਬਾਈਕ ਹੈਗਾ, ਹਾਂਜੀ, ਉਹਦੀ ਲੈਮੀਨੇਸ਼ਨ ਹੋ ਜਾਂਦੀ ਹੈ, ਸਮੋਕ ਵਾਲੀ ਹੋ ਜਾਂਦੀ ਹੈ ਜੀ। ਹਾਂਜੀ, ਸਟਿੱਕਰ ਰੰਗ ਦਾ ਕੰਮ ਆ, ਜਿਹੋ ਜਿਹਾ ਮਰਜ਼ੀ ਸਟਿੱਕਰ ਆਪਣੇ ਵੀਰੇ, ਮਤਲਬ ਕਿ ਜਿਵੇਂ ਫੋਨ ਦੇ ਵਿੱਚ ਹੀ ਹੁੰਦਾ ਨਾ? ਹਾਂਜੀ, ਫੋਨ ਸਕਿਨ ਦਾ ਕੰਮ ਵੀ ਹੁੰਦਾ ਜੀ ਆਪਣੇ, ਸਕਿਨ ਦਾ ਜੀ ਹਾਂ, ਲੈਮੀਨੇਸ਼ਨ ਉਹਦੀ ਲੈਪਟਾਪ ਦੀ ਮਸ਼ੀਨ ਦੇ ਨਾਲ, ਮਸ਼ੀਨ ਨਾਲ ਕਟਿੰਗ ਹੁੰਦੀ ਹੈ ਜੀ, ਪ੍ਰੋਪਰ ਕਟਿੰਗ ਮਸ਼ੀਨ ਨਾਲ ਹੋਊਗੀ, ਤੇ ਕੈਮਰਿਆਂ ਦਾ ਹੋ ਜਾਂਦਾ ਜੀ, ਤੇ ਲੈਪਟਾਪ ਦਾ ਹੋ ਜਾਂਦਾ। ਬਹੁਤ ਆਈਟਮਾਂ ਨੇ ਜੀ, ਇੱਕ ਵਾਰੀ ਸਾਡੀ ਦੁਕਾਨ ਤੇ ਆਓ ਤੁਸੀਂ। ਲੋਕੇਸ਼ਨ ਕੀ ਹੈ ਵੀਰੇ ਆਪਣੀ? ਲੋਕੇਸ਼ਨ ਆਪਣੀ ਬਾਗੜੀਆਂ ਰੋਡ ਜੀ, ਨੇੜੇ ਬੁੱਤਾਲਾ ਚੌਂਕ, ਛਿੰਦਾ 8 ਧੂਰੀ, 9472-42-250। ਲਓ ਜੀ ਮਿੱਤਰੋ, ਕਰਨਾ ਕੀ ਹੈ, ਲਾਈਕ ਕਰਨਾ, ਸ਼ੇਅਰ ਕਰਨਾ ਐਂਡ ਫੋਲੋ ਕਰਨਾ, ਤੇ ਫਿਰ ਤੁਹਾਨੂੰ ਪਹੁੰਚਣਾ ਹੈਗਾ ਧੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਦੇ ਵਿੱਚ, ਤੇ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰੋ, ਤੇ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।